ਇਸ ਤੋਂ ਅਗਲੇ ਸਟੈਪ ਦੇ ਤੌਰ ਤੇ ਕੋਈ ਐਸਾ ਐਕਸਪੀਰੀਅੰਸ ਵੀ ਤੁਹਾਡਾ ਹੋਇਆ ਕਿ ਵੀ ਤੁਹਾਡਾ ਆਪਣੇ ਪਰਿਵਾਰ ਵਿੱਚ ਜਾਂ ਆਪਣੀ ਮਿੱਤਰ ਮੰਡਲੀ ਵਿੱਚ ਆਪਣੇ ਫਰੈਂਡਸ ਦੇ ਵਿੱਚ ਤੁਹਾਨੂੰ ਇਸ ਚੀਜ਼ ਨੂੰ ਸ਼ੇਅਰ ਕਰਨ ਦਾ ਮੌਕਾ ਮਿਲਿਆ ਔਰ ਇਸ ਢੰਗ ਨਾਲ ਤੁਸੀਂ ਸ਼ੇਅਰ ਕੀਤਾ ਕਿ ਦੂਸਰੇ ਵੀ ਉਸਨੂੰ ਕੁਛ ਐਪਰੀਸ਼ੀਏਟ ਕਰ ਸਕੇ ਐਸਾ ਵੀ ਕੁਛ ਅਨੁਭਵ ਆਇਆ ਜਾਂ ਹੱਲੇ ਉਹਦੇ ਵੱਲ ਧਿਆਨ ਨਹੀਂ ਦਿੱਤਾ अपने पिंड देखे ज्यादातर बैठे गल्लां मारी जांदे ਇਧਰਲੇ ਪਾਸੇ ਆਪਾਂ ਲਿਜਾ ਸਕੀਏ ਦੱਸ ਸਕੀਏ ਵੀ ਰਿਲੇਸ਼ਨ 'ਚ ਵੀ ਮਤਲਬ ਕਰ ਰਹੀ ਜਿਹੜਾ ਕੁਛ ਮੈਂ ਸਿੱਖਿਆ ਵੀ ਉਹਨਾਂ ਨੂੰ ਵੀ ਸਿਖਾ ਸਕਾਂ ਵੀ ਅਸਲੀ ਹੈਪੀਨੈਸ ਪੈਸਾ ਪੂਸੇ ਨਹੀਂ ਉਹਨਾਂ ਨੂੰ ਸਾਰਾ ਕੁਛ ਜ਼ਿਆਦਾਤਰ ਦੇਖਿਆ ਜਨਰੇਸ਼ਨ ਦੋ ਚੀਜ਼ਾਂ 'ਚ ਨਹੀਂ ਕੋਨਸਨਟ੍ਰੇਟ ਕਰ ਰਹੇ ਨੇ ਪੇਰੈਂਟਸ ਵੀ ਬੱਚਿਆਂ ਨੂੰ ਜਦ ਦੋ ਚੀਜ਼ਾਂ 'ਚ ਸਰ ਇੱਕ ਪੜ੍ਹੋ ਪੈਸਾ ਕਮਾਓ ਹੋਰ ਤਾਂ ਕੁਛ ਬੱਚਿਆਂ ਨੂੰ ਸਿਖਾਇਆ ਨਹੀਂ ਗਏ ਜਿਹੜਾ ਮੈਂ ਆਲੇ ਦੁਆਲੇ ਦੇਖ ਰਿਹਾ ਪੜ੍ਹੋ ਜਾਂ ਪੈਸਾ ਕਮਾਓ ਇਹ ਤਾਂ ਐਵੇਂ ਨਹੀਂ ਵੀ ਜੇ ਕਈ ਬੱਚੇ ਹੁਣ ਟਿਊਸ਼ਨ ਪੜ੍ਹਦੇ ਦੇਖਿਆ ਇੰਟਰਸਟ ਜਮਾ ਹੀ ਹੁੰਦਾ ਮੈਂ ਉਹਨਾਂ ਨੂੰ ਘਰਦਿਆਂ ਨੂੰ ਸਮਝਾਉਂਦਾ ਵੀ ਗੇਮਸ ਵੀ ਹੁੰਦੀਆਂ ਨੇ ਜਿਹੜੇ ਬੱਚੇ ਦਾ ਇੰਟਰਸਟ ਆ ਉਹਦੋਂ ਕਰ ਲਓ ਹੈਪੀਨੈਸ ਦੇ ਚਾਹ ਮਤਲਬ ਸਰ ਗੋਲ ਮੇਨ ਤਾਂ ਹੈਪੀਨੈਸ ਆ ਪ੍ਰਸਾਦ ਸਿੰਘ ਨੂੰ ਤਾਂ ਹਰੇਕ ਬੱਚਾ ਕਹਿੰਦਾ ਸਾਡਾ ਬੱਚਾ ਪੜ੍ਹੇ ਹੀ ਟੌਪ ਕਰੇ ਪੈਸੇ ਕਮਾਵੇ ਤਾਂ ਹੀ ਖੁਸ਼ ਹੋਣਾ ਹੋਰ ਤਾਂ ਕੋਈ ਤਰੀਕੇ ਨਹੀਂ ਹੁਣ ਸਰ ਵਿਹਲਾ ਟਾਈਮ ਅੱਗੇ ਖਰਾਬ ਕਰਦੇ ਸੀ ਜ਼ਿਆਦਾਤਰ ਹੁਣ ਦੇਖਿਆ ਜ਼ਿਆਦਾ ਟਾਈਮ ਹੁਣ ਅਸੀਂ ਕੀ ਸਪੈਂਡ ਕਰਦੇ ਹਾਂ ਗੱਲਾਂ 'ਚ ਮਤਲਬ ਆਪਣੇ ਵਿਚਾਰ ਟ੍ਰਾਂਸਫਰ ਕਰਨ 'ਚ ਮੈਂ ਅਤੇ ਮੇਰਾ ਦੋਸਤ ਸ਼ਾਮ ਨੂੰ ਇਕੱਠੇ ਹੋਏ ਇੱਕ ਘੰਟਾ ਡਿਸਕਸ਼ਨ ਚੱਲਦੀ ਹੈ ਸਰ ਇੱਕ ਘੰਟਾ ਬਹਿ ਕੇ ਡਿਸਕਸ਼ਨ ਚੱਲੀ ਜਾਣੀ ਕੀ ਹੋ ਰਿਹਾ ਉਹ ਕਹੂੰਗਾ ਵੀ ਯਾਰ ਆਪਣੇ ਵੀ ਹਮ ਸਰ ਇੱਦਾਂ ਦੀ ਗੱਲ ਜਿਹੜੀ ਕਦੇ ਪਹਿਲਾਂ ਸੋਚੀ ਨਹੀਂ ਸੀ ਉਹ ਕਹਿੰਦਾ ਵੀ ਮੈਨੂੰ ਆਪਣੀ ਮੰਮੀ ਉਹਨਾਂ ਦੀ ਕੰਡੀਸ਼ਨ ਦੇਖ ਕੇ ਵੀ ਕਈ ਵਾਰ ਤਰਸ ਫੀਲ ਹੁੰਦਾ ਵੀ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਕੰਮ ਏ ਕਰੀ ਜਾਣਾ ਬਾਹਰ ਦੀ ਦੁਨੀਆਂ ਦਾ ਕੁਛ ਪਤਾ ਹੀ ਨਹੀਂ ਗਾ ਵੀ ਰੱਬ ਫੀਲ ਹੁੰਦੇ ਨੇ ਕਿਸੇ ਹੁੰਦਾ ਵੀ ਜਿੱਦਾਂ ਲਾਇਆ ਹੋਇਆ ਉੱਦਾਂ ਹੀ ਚੱਲਦਾ ਵੀ ਇਹਨਾਂ ਨੂੰ ਵੀ ਆਪਾਂ ਨੂੰ ਦੁਨੀਆਂ ਬਾਰੇ ਕੁਛ ਦਿਖਾਉਣਾ ਚਾਹੀਦਾ ਤੇਰੇ ਵਰਕਸ਼ਾਪ ਤੋਂ ਬਾਅਦ ਇੱਦਾਂ ਦੇ ਬਹੁਤ ਟੋਪਿਕ ਮਨ 'ਚ ਆਏ ਨੇ ਜਿਹੜੇ ਕਿ ਸੋਚੇ ਨਹੀਂ ਮੈਂ ਖੁਦ ਆਪਣੀ ਸਿਸਟਰ 'ਤੇ ਬਹੁਤ ਰਿਸਟ੍ਰਿਕਸ਼ਨਸ ਲਾਉਣਾ ਹੁੰਦਾ ਸੀਗਾ ਪਹਿਲਾਂ ਅਤੇ ਉਦੋਂ ਬਾਅਦ ਬਹੁਤ ਚੀਜ਼ਾਂ ਫੀਲ ਹੋਈਆਂ ਤਾਂ ਬਹੁਤ ਚੇਂਜਸ ਆਏ ਦੱਸ ਨਹੀਂ ਸਕਦਾ ਵੀ ਕਿੰਨੀਆਂ ਚੇਂਜਸ ਆਈਆਂ ਕਿੰਨਾ ਮਾਇੰਡ ਚੇਂਜ ਹੋਇਆ ਸਰ ਜੀ ਮੈਂ ਪਹਿਲਾਂ ਹੁੰਦਾ ਸੀ ਕਿ ਮੈਂ ਅਗਰ ਆਪਣਾ ਪਰਸਨਲ ਐਕਸਪੀਰੀਅੰਸ ਜੋ ਮੇਰੇ ਬਾਰੇ ਲੋਕਾਂ ਨੇ ਅਬਜ਼ਰਵ ਕੀਤਾ ਮੇਰੇ ਪੇਰੈਂਟਸ ਨੇ ਮੇਨਲੀ ਕਿਉਂਕਿ ਪੇਰੈਂਟਸ ਨਾਲ ਆਪਾਂ ਸਭ ਤੋਂ ਜ਼ਿਆਦਾ ਰਹਿੰਦੇ ਹਾਂ ਪਲੱਸ ਟੂ ਤੱਕ ਮੈਂ ਬਹੁਤ ਸ਼ੋਰਟ ਟੈਂਪਰਡ ਸੀ ਮਤਲਬ ਮੇਰੇ ਪੇਰੈਂਟਸ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਬਹੁਤ ਵਾਰ ਸੋਚਦੇ ਸੀ ਕਿ ਉਹਨੇ ਮਤਲਬ ਪਤਾ ਨਹੀਂ ਕੀ ਬੋਲਦੇ ਨਾ ਉਸ ਤੋਂ ਬਾਅਦ ਮਤਲਬ ਹੁਣ ਕਿਸੇ ਨੂੰ ਲੱਗਦਾ ਹੀ ਨਹੀਂ ਹੈ ਹਰ ਕੋਈ ਮਤਲਬ ਇੰਨਾ ਜ਼ਿਆਦਾ ਵਧੀਆ ਗੱਲ ਕਰੇ ਮੈਂ ਖੁਦ ਫੀਲ ਕਰਦੀ ਹਾਂ ਕਿ ਮੈਨੂੰ ਗੁੱਸਾ ਨਹੀਂ ਆਉਂਦਾ ਤਾਂ ਇਹ ਰਿਐਕਸ਼ਨ ਮੈਂ ਖੁਦ ਵੀ ਨਹੀਂ ਮਤਲਬ ਅਬਜ਼ਰਵ ਕੀਤਾ ਸੀ ਕਿ ਮੇਰੀ ਹੈਬਿਟ ਚੇਂਜ ਹੋ ਗਈ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਆਪਾਂ ਸੈਲਫ ਐਕਸਪਲੋਰ ਕਰਦੇ ਹਾਂ ਤਾਂ ਤੁਹਾਡੀ ਜਿਹੜੀਆਂ ਗੰਦੀਆਂ ਆਦਤਾਂ ਕਹਿ ਲਓ ਜਾਂ ਬੁਰੀਆਂ ਬਿਮਾਰੀ ਲੱਗੀ ਹੋਈ ਆ ਉਹ ਖੁਦ ਬ ਖੁਦ ਚਲੇ ਜਾਂਦੀ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਅਤੇ ਸਾਹਮਣੇ ਵਾਲੇ ਜ਼ਰੂਰ ਨੋਟ ਕਰ ਦਿਓ ਇਸ ਚੀਜ਼ ਨੂੰ ਅਤੇ ਉਸ ਤੋਂ ਬਾਅਦ ਫਿਰ ਲੱਗਿਆ ਕਿ ਯਾਰ ਇਹ ਤਾਂ ਸਭ ਠੀਕ ਹੈ ਬਟ ਆਪਣੇ ਆਪ ਵਿੱਚ ਕਿਵੇਂ ਪਤਾ ਲੱਗੂ ਕਿ ਆਪਾਂ ਚੇਂਜ ਆਈ ਆ ਕਿਉਂਕਿ ਲੱਗਦਾ ਸੀ ਆਪਾਂ ਨੂੰ ਧੱਕੇ ਨਾਲ ਕੋਈ ਚੇਂਜ ਕਰਨੀ ਪੈਣੀ ਆਪਾਂ ਨੂੰ ਫੋਰਸਲੀ ਆਪਾਂ ਨੂੰ ਕੋਈ ਚੇਂਜ ਕਰਨੀ ਪੈਣੀ ਆ ਬਟ ਜਦੋਂ ਚੇਂਜ ਕੁਝ ਆਈ ਜਾਂ ਦੂਸਰੇ ਤੋਂ ਪਤਾ ਲੱਗਿਆ ਕਿ ਐਵੇਂ ਨਹੀਂ ਯਾਰ ਤੂੰ ਪਹਿਲਾਂ ਐਵੇਂ ਕਰਦਾ ਹੁੰਦਾ ਸੀ ਜਾਂ ਹੁਣ ਨਹੀਂ ਕਰਦਾ ਉਵੇਂ ਤਾਂ ਲੱਗਿਆ ਕਿ ਮੈਂ ਚੇਂਜ ਆਪਣੇ ਆਪ ਵਿੱਚ ਫੋਰਸਲੀ ਨਹੀਂ ਲਿਆਉਂਦੀ ਜੋ ਕੰਟੈਂਟ ਪੜ੍ਹਨ ਵਿੱਚ ਉਸ ਸੈਲਫ ਐਕਸਪਲੋਰੇਸ਼ਨ ਆਇਆ ਜੋ ਵੀ ਰਿਜ਼ਲਟ ਨਿਕਲੇ ਉਹਨਾਂ ਨੂੰ ਜ਼ਿੰਦਗੀ ਵਿੱਚ ਅਪਲਾਈ ਕੀਤਾ ਤਾਂ ਫਿਰ ਉਸ ਤੋਂ ਬਾਅਦ ਜੋ ਚੇਂਜ ਆਈ ਉਹ ਫੋਰਸਲੀ ਨਹੀਂ ਸੀ ਰਿਲੇਸ਼ਨ ਵਿੱਚ ਵੀ ਜਿਵੇਂ ਮੈਂ ਕਹਿੰਦਾ ਕਿ ਮੈਂ ਪਹਿਲਾਂ ਡੈਡ ਨਾਲ ਬਹੁਤ ਘੱਟ ਕੋਈ ਵੀ ਗੱਲ ਸ਼ੇਅਰ ਕਰਦਾ ਹੁੰਦਾ ਸੀ ਤਾਂ ਹੁਣ ਜਦੋਂ ਵੀ ਮੈਂ ਵੀਕਐਂਡ 'ਤੇ ਘਰ ਆਉਂਦੇ ਹਾਂ ਤਾਂ ਮੈਨੂੰ ਡੈਡ ਸਪੈਸ਼ਲ ਕਹਿੰਦੇ ਆ ਵੀ ਜਾਂ ਤਾਂ ਤੂੰ ਮੇਰੇ ਕੋਲ ਆ ਜਾਂ ਇੱਥੇ ਬਹਿ ਮੇਰੇ ਕੋਲ ਆ ਕੇ ਜਾਂ ਮਤਲਬ ਕਿ ਕੋਈ ਟਾਈਮ ਦਿੰਦੇ ਜਾਂ ਕਹਿੰਦੇ ਵੀ ਸਾਡੇ ਨਾਲ ਕੋਈ ਗੱਲਬਾਤ ਕਰ ਜਿਵੇਂ ਦਾਦੀ ਵੀਰੀਆਂ ਨਾਲ ਚਾਚਾ ਵੀਰੀਆਂ ਨਾਲ ਮੇਰੇ ਨਾਲ ਕੋਈ ਵੀ ਗੱਲ ਸ਼ੇਅਰ ਕਰਦੇ ਦੂਸਰੇ ਨਾਲ ਵੱਧ ਮੈਨੂੰ ਲੱਗਦਾ ਵੀ ਮੇਰੇ ਨਾਲ ਬਹੁਤ ਜ਼ਿਆਦਾ ਸ਼ੇਅਰ ਕਰਦੇ ਚਾਹੇ ਉਹ ਆਪਸ ਵਿੱਚ ਉਹਨਾਂ ਸ਼ੇਅਰ ਨਾ ਕਰਦੇ ਹੋਣ ਚਾਚਾ ਜੀ ਅਤੇ ਡੈਡ ਅਤੇ ਮੇਰੇ ਨਾਲ ਬਹੁਤ ਜ਼ਿਆਦਾ ਸ਼ੇਅਰ ਕਰਦੇ ਆ ਕੋਈ ਵੀ ਕੰਮ ਕਰਨਾ ਹੋਵੇ ਮੈਨੂੰ ਕਹਿੰਦੇ ਵੀ ਐਵੇਂ ਕਰਨਾ ਆਪਾਂ ਜੀ ਗੱਲ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਸਾਡੇ ਸਾਰੇ ਫਰੈਂਡ ਸਰਕਲ ਨੇ ਲਗਾ ਲਈ ਅਸੀਂ ਥੀਏਟਰ ਗਰੁੱਪ ਜੁਆਇਨ ਕੀਤਾ ਹੋਇਆ ਥੀਏਟਰ ਆਰਟਿਸਟ ਹਾਂ ਮੈਂ ਅਤੇ ਉਹ ਸਾਡੇ ਥੀਏਟਰ ਗਰੁੱਪ ਨਾਲ ਵੀ ਅਸੀਂ ਇੰਟਰੈਕਟ ਕੀਤਾ ਤਾਂ ਉਹ ਸਾਰੇ ਵੀ ਵਰਕਸ਼ਾਪ ਲਗਾ ਚੁੱਕੇ ਹੈ ਉਹਨਾਂ ਦੇ ਵੀ ਬਹੁਤ ਸਾਰੇ ਚੇਂਜਸ ਹੈ ਅਤੇ ਜਿੰਨੇ ਫਰੈਂਡ ਸਰਕਲ ਸਾਡਾ ਇਹ ਸਾਰਾ ਸਰਕਲ ਹੀ ਹੈ ਜਿਹੜਾ ਅੱਗੇ ਅੱਗੇ ਵੱਧਦਾ ਜਾ ਰਿਹਾ ਅਤੇ ਰੀਅਲ ਲਾਈਫ ਐਗਜ਼ਾਮਪਲਸ ਦੀ ਗੱਲ ਆ ਤਾਂ ਮੈਂ ਸਭ ਤੋਂ ਵਧੀਆ ਮੇਰੇ ਦਿਮਾਗ 'ਚ ਹੁਣ ਇਹੀ ਚੱਲ ਰਹੀ ਹੈ ਕਿ ਰਿਸਪੋਂਸੀਬਿਲਿਟੀ ਦੀ ਐਗਜ਼ਾਮਪਲ ਦੇਣਾ ਮੈਂ ਬੜਾ ਰਿਸਪੋਂਸੀਬਲ ਜਿਵੇਂ ਮੈਂ ਸਭ ਤੋਂ ਰਿਸਪੋਂਸੀਬਲ ਮੰਨਿਆ ਜਾਂਦਾ ਆਪਣੇ ਫਰੈਂਡਸ ਤੋਂ ਅਤੇ ਰਿਸਪੋਂਸੀਬਿਲਿਟੀ ਦੀ ਗੱਲ ਦੱਸ ਰਿਹਾ ਕਿ ਮੇਰੇ ਫੈਮਿਲੀ 'ਚ ਹੁਣ ਵਿਆਹ ਆ ਅੱਗੇ ਇੱਕ ਮੇਰੇ ਤਾਏ ਜੀ ਦੇ ਬੇਟੇ ਦਾ ਵਿਆਹ ਆ ਅਤੇ ਮੇਰੇ ਪੇਰੈਂਟਸ ਯੂਜਲੀ ਮੈਨੂੰ ਛੋਟੇ ਹੁੰਦੇ ਤੋਂ ਲਾਈਕ
ਇੰਨੀ ਰਿਸਪੌਂਸਿਬਿਲਿਟੀ ਨਹੀਂ ਸੀ ਦਿੰਦੇ ਮੈਨੂੰ, ਇੰਨਾ ਬਾਹਰ ਨਹੀਂ ਸੀ ਕੱਢਦੇ ਕਿ ਲਾਈਕ ਛੋਟਾ ਆ ਇਹਨੂੰ ਕਿਉਂ ਇੰਨਾ ਇੱਦਾਂ ਬਾਹਰ ਰੱਖਣਾ, ਲਾਈਕ ਥੋੜ੍ਹਾ ਘਰ ਦੇ ਅੰਦਰ ਰੱਖਣ ਵਾਲੇ ਉਸ ਟਾਈਪ ਨਾਲ ਰੱਖਿਆ ਮੈਨੂੰ। ਜਦੋਂ ਤੋਂ ਮੇਰਾ ਇੱਕ ਕਜ਼ਨ ਮੇਰੇ ਨਾਲ ਆਇਆ ਉਦੋਂ ਤੋਂ ਹੀ ਮੈਂ ਥੋੜ੍ਹਾ ਜਿਹਾ ਦੁਨੀਆ ਦੇ ਵਿੱਚ ਇੱਦਾਂ ਫੈਲਾ ਰੱਖਣਾ ਕੀਤਾ। ਅਤੇ ਹੁਣ ਮੈਂ ਦੇਖ ਰਿਹਾ ਹੁਣ ਮੇਰੇ ਘਰ ਦੇ ਮੈਨੂੰ ਇੱਦਾਂ ਦੀ ਰਿਸਪੌਂਸਿਬਿਲਿਟੀਜ਼ ਦੇ ਰਿਹਾ ਕਿ ਜਿੱਦਾਂ ਕਿ ਮੈਨੂੰ ਨਹੀਂ ਪਤਾ ਕੀ ਚੇਂਜ ਆ, ਮੈਨੂੰ ਇਹ ਸਬਜੈਕਟ ਬਣਨਾ ਚੇਂਜ ਆ ਕਿ ਮੇਰੇ ਮੇਰੇ ਘਰ ਦੇ ਮੈਨੂੰ ਕਹਿ ਰਿਹਾ ਕਿ ਤੂੰ ਪਿੰਡ ਜਾ ਕੇ ਤੂੰ ਸਾਰਾ ਕੰਮ ਕਰਕੇ ਆਉਣਾ, ਤੂੰ ਫੋਟੋਗ੍ਰਾਫਰ ਜਿਹੜਾ ਬੁੱਕ ਕਰਨਾ ਆ ਤੂੰ ਕਰਨਾ ਆ, ਜਾ ਕੇ ਪਿੰਡ ਜਾ ਕੇ ਤੂੰ ਘਰ ਦਾ ਕੰਮ ਕਰਾਉਣਾ ਆ ਤੂੰ ਕਰਾ ਕੇ ਆਉਣਾ ਆ, ਮਤਲਬ ਇੰਨੀ ਰਿਸਪੌਂਸਿਬਿਲਿਟੀਜ਼ ਮੈਨੂੰ ਦੇ ਰਿਹਾ ਜਦਕਿ ਮੈਨੂੰ ਨਹੀਂ ਲੱਗਦਾ ਕਿ ਇਸ ਕਰਕੇ ਕਿ ਠੀਕ ਆ ਕਿ ਹੁਣ ਮੈਂ ਕਾਲਜ 'ਚ ਆ ਗਿਆ ਤਾਂ ਕਰਕੇ ਆ, ਮੈਨੂੰ ਤਿੰਨ ਤੀਸਰਾ ਸਾਲ ਆਏ ਜਿੱਦਾਂ ਦੀ ਗੱਲ ਹੁੰਦੀ ਪਹਿਲਾਂ ਵੀ ਹੋ ਸਕਦੀ ਸੀਗੀ। ਮੈਨੂੰ ਲੱਗਦਾ ਕਿ ਇਹ ਮੇਰੇ ਬਿਹੇਵੀਅਰ ਦੇ ਵਿੱਚ ਹੀ ਚੇਂਜ ਆਉਂਦੇ ਨੇ ਨਾਲ, ਕਿ ਜਿੱਦਾਂ ਫੋਰ ਐਗਜ਼ਾਮਪਲ ਇੱਕ ਹੋਰ ਗੱਲ ਆ, ਮੈਂ ਘਰ ਜਾਣਾ ਬਹੁਤ ਪਸੰਦ ਨਹੀਂ ਕਰਦਾ, ਜਿਵੇਂ ਕਿ ਮੈਂ ਹੋਸਟਲ ਰਹਿੰਦਾ ਕਾਲਜ ਹੋਸਟਲ ਰਹਿੰਦਾ, ਮੈਂ ਘਰ ਜਾਣਾ ਬਿਲਕੁਲ ਨਹੀਂ ਸੀ ਪਸੰਦ ਕਰਦਾ ਪਹਿਲਾਂ। ਮੈਨੂੰ ਲੁਧਿਆਣੇ ਤੋਂ ਫਤਿਹਗੜ੍ਹ ਸਾਹਿਬ ਜ਼ਿਆਦਾ ਦੂਰ ਨਹੀਂ ਹੈ, 68 ਕਿਲੋਮੀਟਰ ਦਾ 1-1.5 ਘੰਟਾ ਲੱਗਦਾ ਬੱਸ ਦੇ ਵਿੱਚ, ਪਰ ਮੈਂ ਜ਼ਿਆਦਾ ਜਾਣਾ ਪਸੰਦ ਨਹੀਂ ਸੀ ਕਰਦਾ। ਇਹ ਮੇਰੇ ਜਦੋਂ 8-day ਵਰਕਸ਼ਾਪ ਤੋਂ ਬਾਅਦ ਵੀ ਇੱਕ ਹੋਰ ਵਰਕਸ਼ਾਪ ਹੋਈ, ਉਸ ਤੋਂ ਬਾਅਦ ਮਤਲਬ ਦੋਸਤਾਂ ਨਾਲ ਵੀ ਗੱਲ ਕਰਦੇ ਹੁੰਦੇ ਸੀ, ਮੈਨੂੰ ਕਹਿੰਦੇ ਸੀ ਯਾਰ ਵੀ ਘਰ ਜਾਣਾ ਇੱਦਾਂ ਕਿਉਂ ਨਹੀਂ ਪਸੰਦ ਕਰਦਾ। ਮੈਨੂੰ ਥੋੜ੍ਹਾ ਪੇਰੈਂਟਸ ਨਾਲ ਜ਼ਿਆਦਾ ਇੰਟਰੈਕਸ਼ਨ ਕਰਨਾ ਪਸੰਦ ਨਹੀਂ ਸੀਗਾ, ਮਤਲਬ ਜ਼ਿਆਦਾ ਕੋਲ ਬਹਿਣਾ ਅਤੇ ਗੱਲਾਂ ਕਰਨਾ ਇਹ ਗੱਲਾਂ ਬਿਲਕੁਲ ਜ਼ਿਆਦਾ ਪਸੰਦ ਨਹੀਂ ਸੀਗਾ। ਪਰ ਹੁਣ ਮਤਲਬ ਹੈ ਹੀ ਆਲਮੋਸਟ ਹਰ ਵੀਕ ਤਾਂ ਜਾਂਦਾ ਹੀ ਕਰਨਾ ਕਰੇ, ਤੁਹਾਨੂੰ ਦੱਸਿਆ ਜਿਵੇਂ ਕਿ ਹੁਣ ਮੈਨੂੰ ਇੰਨੀਆਂ ਰਿਸਪੋਂਸਿਬਿਲਿਟੀਜ਼ ਵੀ ਦੇਣ ਲੱਗ ਗਏ ਆ ਉਹ। ਮੇਰੀ ਕਲਾਸ ਚ ਇੱਕ ਟੀਚਰ ਸੀ ਸਾਡੇ ਕੰਪਿਊਟਰ ਸਾਇੰਸ ਦੇ, ਉਹ ਮੋਰ ਆਫ ਕਿਉਂਕਿ ਬੱਚੇ ਇੰਨਾ C++ ਪ੍ਰੋਗਰਾਮਿੰਗ ਨੂੰ ਇੰਨਾ ਜ਼ਿਆਦਾ ਹੁੰਦੇ ਨਹੀਂ, ਇੰਟਰਸਟਿਡ ਨਹੀਂ ਹੁੰਦੇ, ਥੋੜ੍ਹਾ ਬੋਰਿੰਗ ਲੱਗਦਾ ਸਾਰਿਆਂ ਨੂੰ। ਅਤੇ ਮੈਨੂੰ ਪਹਿਲਾਂ ਐਂ ਲੱਗਦਾ ਸੀਗਾ ਕਿ ਕੀ ਟੀਚਰ ਨੂੰ ਕਹਿਣਾ ਆ ਕਿ ਤੁਸੀਂ ਇੱਦਾਂ ਪੜ੍ਹਾਓ ਇੱਦਾਂ ਪੜ੍ਹਾਓ, ਕਿ ਮੈਂ ਕੌਣ ਹੁੰਦਾ ਆ ਕਹਿਣ ਵਾਲਾ ਕਿ ਤੁਸੀਂ ਇੱਦਾਂ ਪੜ੍ਹਾਓ। ਉਹ ਵੱਡੇ ਨੇ ਮੇਰੇ ਨਾਲੋਂ, ਓਬਵੀਅਸਲੀ ਉਹਨਾਂ ਨੇ ਡਿਗਰੀ ਵੀ ਕੀਤੀਆਂ ਹੋਈਆਂ ਨੇ, ਕਿੰਨਾ ਕੁਛ ਆ, ਮੈਂ ਕੌਣ ਹੁੰਦਾ ਉਹਨੂੰ ਦੱਸਣ ਵਾਲਾ। ਮੈਂ ਈਮੇਲ ਦੇ ਥਰੂ ਇੱਕ ਅਨੋਨਮਸ ਈਮੇਲ ID ਬਣਾਇਆ, ਕਿਸੇ ਅਨੋਨਮਸ ਦੇ ਨਾਮ 'ਤੇ ਹੀ ਬਣਾਇਆ ਯਾਹੂ ਤੋਂ, ਅਤੇ ਮੈਂ ਉਹਨਾਂ ਨੂੰ ਉੱਥੋਂ ਕੰਟੈਕਟ ਕੀਤਾ ਸਭ ਤੋਂ ਪਹਿਲਾਂ, ਕਿ ਮੈਨੂੰ ਲੱਗਦਾ ਕਿ ਆਪਾਂ ਨੂੰ ਇਸ ਤਰ੍ਹਾਂ ਮਤਲਬ ਕਲਾਸ ਬਣਾਉਣਾ ਚਾਹੀਦਾ, ਮੈਂ ਤੁਹਾਨੂੰ ਆਪਣਾ ਨਾਮ ਨਹੀਂ ਦੱਸੂੰਗਾ। ਅਤੇ ਉੱਥੋਂ ਸਭ ਤੋਂ ਪਹਿਲਾਂ ਉਹਨਾਂ ਨਾਲ ਉੱਥੋਂ ਕੰਟੈਕਟ ਹੋਇਆ, ਫਿਰ ਹੌਲੀ ਹੌਲੀ ਜਿਵੇਂ ਗੱਲ ਹੁੰਦੀ ਗਈ ਅਤੇ ਮੈਂ ਉਹਨਾਂ ਨਾਲ ਲਾਈਕ ਡਾਇਰੈਕਟਲੀ ਵੀ ਉਹਨਾਂ ਨੂੰ ਕਿਹਾ ਕਿ ਮੈਂ ਹੀ ਸੀਗਾ ਜੇ ਤੁਹਾਨੂੰ ਈਮੇਲ ਕੀਤੀ ਸੀਗੀ, ਅਤੇ ਮੈਨੂੰ ਤਾਂ ਲੱਗਦਾ ਕਿ ਬਹੁਤ ਫਰਕ ਪਿਆ ਉਸ ਤੋਂ ਬਾਅਦ ਕਲਾਸ ਦਾ। ਉਹੀ ਚੀਜ਼ਾਂ ਨੇ, ਉਹੀ ਚੀਜ਼ ਆ ਕਿ ਜਿਹੜੀ ਮੈਨੂੰ ਅੱਜ ਕਿ ਮੈਂ ਐਥੀਕਲ ਐਂਡ ਨੈਟਵਰਕ ਡਿਫੈਂਸ ਇੱਕ ਨੈਟਵਰਕਿੰਗ ਵੱਲ ਜਾ ਰਿਹਾ, ਇਹਨਾਂ ਚੀਜ਼ਾਂ ਮੇਰੇ ਟੀਚਰ ਨਾਲ ਰਿਲੇਸ਼ਨ ਵਧੀਆ ਹੋਏ ਤਾਂ ਮੇਰੇ ਪੜ੍ਹਾਈ ਉਸ ਮੈਨੂੰ ਉਹ ਸਬਜੈਕਟ ਜੇ ਟੀਚਰ ਨਾਲ ਜਿੰਨਾ ਆਪਾਂ ਨੂੰ ਟੀਚਰ ਵਧੀਆ ਲੱਗਦਾ, ਮੈਨੂੰ ਲੱਗਦਾ ਕਿ ਉਨਾ ਹੀ ਆਪਣਾ ਉਸ ਸਬਜੈਕਟ 'ਚ ਵੀ ਇੰਟਰਸਟ ਵੱਧਦਾ ਆ, ਗੱਲ ਸੁਣਨ ਨੂੰ ਜੀ ਕਰਦਾ ਉਹਨਾਂ ਦਾ। ਅਤੇ ਮੈਨੂੰ ਲੱਗਦਾ ਇਹ ਸਾਰੀ ਚੀਜ਼ਾਂ ਆਪਾਂ ਨੂੰ ਵੈਲਿਊ ਐਜੂਕੇਸ਼ਨ ਹੀ ਸਮਝਾਉਂਦੀਆਂ। ਸੋ ਐਸੇ ਬਹੁਤ ਚੇਂਜਸ ਆਈ, ਔਰ ਅਭੀ ਰੀਸੈਂਟਲੀ ਮੈਨੇ ਆਪਣੇ ਬ੍ਰਦਰ ਕੋ ਵੀ, ਮੇਰਾ ਬ੍ਰਦਰ ਜਸਟ ਫ੍ਰੀ ਥਾ ਤੋ ਉਸਕੋ ਵੀ ਮੈਨੇ ਵਰਕਸ਼ਾਪ ਲਗਾਈ ਹੈ ਇਸ KCD ਬਦੋਵਾਲ ਮੇਂ, ਤੋ ਆਈ ਆਲਸੋ ਫੇਸ ਸੋ ਸਮ ਚੇਂਜਸ ਇਨ ਹਿਮ। ਤੋ ਅੱਛਾ ਲੱਗਤਾ ਹੈ ਕਿ ਧੀਰੇ ਧੀਰੇ ਹਮ ਆਗੇ ਬੜਾਏ ਇਸ ਚੀਜ਼ ਕੋ ਆਪਣੀ ਫੈਮਿਲੀ ਕੇ ਅੰਦਰ ਲਾਤੇ ਹੈ। ਤੋ ਐਸਾ ਹੈ ਕਿ ਇੱਕ ਦਿਨ ਮੈਂ ਸਾਰੀ ਤੋਂ ਚੇਂਜ ਹੋਊਂਗੀ ਨਹੀਂ, ਜਿਤਨਾ ਆਪ ਕਰ ਸਕਤੇ ਹੈ ਕਿ ਜੈਸੇ ਗਾਂਵ ਕੇ ਆਪਣੇ ਫਰੈਂਡਸ ਕੋ ਕਰ ਦੀਆ, ਫਰੈਂਡਸ ਵਾਲੇ ਗਾਂਵ ਕੇ ਪਾਸ ਜਾਏਂਗੇ, ਗਾਂਵ ਸੇ ਆਗੇ ਸੋਸਾਇਟੀ ਹੋ ਜਾਏਗੀ, ਤੋ ਧੀਰੇ ਧੀਰੇ ਇਹ ਚੀਜ਼ਾਂ ਬੜੇਂਗੀ। ਤੋ ਇਸ ਤਰ੍ਹਾਂ ਦੇ ਚੱਲ ਰਿਹਾ, ਔਰ ਕੰਮ ਅਭੀ ਵੀ ਚੱਲ ਰਿਹਾ, ਅਭੀ ਵੀ ਬਹੁਤ ਬਾਕੀ ਹੈ। ਆਪਣੇ ਅੰਦਰ ਕੰਮ ਜਿਸ ਦਿਨ ਪੂਰਾ ਹੋਊਗਾ ਉਸ ਦਿਨ ਦੁਨੀਆ ਕੋ ਸਮਝਾਉਣੇ ਨਿਕਲੇ। ਰਿਲੇਸ਼ਨਸ ਦੀ ਗੱਲ ਆ, ਰਿਲੇਸ਼ਨਸ ਤੇ ਬਹੁਤ ਵਧੀਆ ਚੱਲਿਆ ਸਾਰਾ ਕੰਮ, ਪੇਰੈਂਟਸ ਨਾਲ ਵੀ ਮਤਲਬ ਰਿਐਕਸ਼ਨ ਤੇ ਜਿਹੜਾ ਪਹਿਲਾਂ ਰਿਐਕਟ ਕਰ ਦਿੰਦੇ ਸੀ ਇੱਕੋਦਮ, ਤੇ ਉਹ ਚੀਜ਼ ਸਾਰੀ ਖਰਾਬ ਹੋ ਜਾਂਦੀ ਸੀ। ਆ ਪਿੱਛੇ ਜੇ ਹੁਣੀ ਮੇਰਾ ਪਾਪਾ ਨਾਲ ਡਿਸਪਿਊਟ ਹੋ ਗਿਆ ਕਿਸੇ ਗੱਲ ਤੇ, ਪਹਿਲਾਂ ਕੀ ਹੁੰਦਾ ਸੀ ਰੁਕਸ ਇੱਕ ਦਿਨ ਪੂਰਾ ਨਾ ਬੁਲਾਓ, ਆਪ ਹੀ ਬੁਲਾਉਣਗੇ। ਬਟ ਆਹ ਕੀ ਹੋਇਆ, ਹੁਣੀ ਪਰਸਨ ਦੀ ਗੱਲ ਆ, ਮੇਰਾ ਡਿਸਪਿਊਟ ਹੋਇਆ, ਬਟ ਮੈਂ ਅਲਟੀਮੇਟਲੀ ਮੈਂ ਕਨਫੈਸ ਕੀਤਾ, ਮੈਂ ਕਿਹਾ ਸੋਰੀ ਸੋਰੀ ਕਿਹਾ, ਮਤਲਬ ਪਾਪਾ ਨੂੰ 10 ਮਿੰਟ ਬਾਅਦ ਮੈਂ ਜਾ ਕੇ ਸੋਰੀ ਕਿਹਾ, ਅਤੇ ਉਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ, ਉਹ ਮਾਰਕੀਟ ਦੇ ਮੇਰੇ ਲਈ ਟ੍ਰੀਟ ਲੈ ਕੇ ਆਏ, ਮਤਲਬ ਇੰਨਾ ਵਧੀਆ ਮੈਨੂੰ ਲੱਗਿਆ। ਇਹ ਚੀਜ਼ ਕਿੱਥੇ ਰਿਐਕਸ਼ਨ ਕਿੰਨਾ ਕੁਛ ਸਾਡਾ ਖਰਾਬ ਕਰ ਦਿੰਦੀ ਹੈ ਫੈਮਿਲੀ 'ਚ। ਅਤੇ ਹੁਣ 12 ਜੂਨ ਤੋਂ 19 ਜੂਨ ਸਾਡੇ ਇੱਥੇ ਵਰਕਸ਼ਾਪ ਲੱਗੀ, ਅਤੇ ਮੈਂ ਆਪਣੇ ਉੱਤੇ ਉਸ ਤੋਂ ਬਾਅਦ ਕੰਮ ਕਰਨਾ ਸ਼ੁਰੂ ਕੀਤਾ। ਕੁਛ ਦਿਨਾਂ ਬਾਅਦ ਬੇਟੀ ਮੇਰੀ ਕਮਰੇ ਦੇ ਅੰਦਰ ਸੀਗੀ, ਅਤੇ ਮੈਂ ਗਿਆ ਅੰਦਰ, ਅਤੇ ਬੜੀ ਸਹਿਮੀ ਹੋਈ ਸੀ, ਅਤੇ ਮੈਂ ਸਹਿਮੀ ਦੇਖਿਆ ਕਿ ਉਹਦਾ ਦੁੱਧ ਦਾ ਗਲਾਸ ਗਿਰ ਗਿਆ ਸੀ। ਅੱਗੇ ਹੁੰਦਾ ਸੀ ਸ਼ਾਇਦ, ਮੈਂ ਅੱਗੇ ਹੁੰਦਾ ਸੀ ਕਿ ਵੀ ਅਗਰ ਦੁੱਧ ਦਾ ਗਲਾਸ ਗਿਰ ਗਿਆ, ਕਿ ਵੀ ਤੂੰ ਮੈਨੂੰ ਇਹ ਨਹੀਂ ਪਤਾ ਹੈ, ਤੂੰ ਮੈਨੂੰ ਲਟਕਾਤੇ ਰਹਿ ਤੋ ਐਸੇ ਗਿਰਨਾ ਹੈ, ਬਹੁਤ ਗੱਲਾਂ ਕਹਿ ਕੇ ਅਸੀਂ ਮੈਂ ਗੱਲਾਂ ਕਹਿੰਦਾ ਹੁੰਦਾ ਸੀ। ਉਸ ਦਿਨ ਮੈਂ ਬਿਨਾਂ ਕਿਹਾ ਮੈਂ ਵਾਪਸ ਬਾਹਰ ਆ ਗਿਆ, ਅਤੇ ਰਾਤੀ ਮੇਰੀ ਵਾਈਫ ਮੈਨੂੰ ਸ਼ੇਅਰ ਕਰਦੀ ਹੈ, ਮੇਰੀ ਬੇਟੀ ਜ਼ਿਆਦਾ ਐਕਸਪ੍ਰੈਸਿਵ ਨਹੀਂ ਹੈ ਮੇਰੇ ਨਾਲ ਜ਼ਿਆਦਾ, ਸ਼ਾਇਦ ਇਸੇ ਕਰਕੇ ਸ਼ਾਇਦ ਕਦੇ ਮੇਰੇ ਨਾਲ ਮੇਰੇ ਤੋਂ ਦੂਰ ਸੀ, ਮੇਰੇ ਨਾਲ ਕਦੇ ਐਕਸਪ੍ਰੈਸ਼ਨ ਨਹੀਂ ਕਰਦੀ ਸੀ।
राती वाइफ कहती है कि भाई आज यशवी ने ना एक बात कही, मैं आपको बताना चाहती हूँ। मैंने क्या कहती, वो कहती है आज पापा का ना शाम को ना मेरे कमरे में पापा का डुप्लीकेट आया। मुझे लगा पापा का डुप्लीकेट आया था। वो कहते क्यों, ऐसा क्यों लगा? कहते क्योंकि उन्होंने आज डांटा ही नहीं। मैंने लग गया अभी 5-6 दिन की, मैं 5-6 दिन की गल कर रहा है, सिर्फ वर्कशॉप तो 5-6 दिन के बाद की गल है। हाले होर तुम सुनो, मेरा बेटा है वो बड़ा एक्सप्रेसिव है, वो अपने आप एक्सप्रेस कर लगा बोलते हैं। ये पिछले तो पिछले शनिवार की गल है, तो उन्होंने मतलब एक्जैक्ट 10 दिन हो गए थे अपने नानी हाउस तो आए, तो मैं राती लेट गया 10:30 बज चुके थे। वो ब्रश करके वापस आया, बाथरूम च बाहर निकलिया, दोनों ही सके प्यो पुत्र कमरे, तो मेरा सिर सी उसके बल तो पिछों आया मेरे मंजे चार पे, कहता चाहे कि कहता पापा आजकल आपने हमें डांटना छोड़ दिया, हाले 5 साल का होया नहीं, अगस्त 5 साल का होना है, कहता पापा आजकल आपने हमें डांटना छोड़ दिया। मैं तो हैरान, रात 10:30 बजे, मैं क्या दैट मीनस इन्हें भी 10 दिन में ये नोट कर लिएगा। तो मैं उन्होंने क्या, अच्छा बेटा डांटना कोई अच्छी बात है? डांटना तो कोई अच्छी बात नहीं, आपको क्या लगता है कि मुझे आपको डांटना चाहिए? डांटना कोई अच्छी बात है? वो कहता नहीं पापा, अगर गलत काम करें तो डांट देना चाहिए। फिर मैं उसको कह गया, मैं कहा आजकल आप कोई गलत काम कर ही नहीं, मतलब देन आई शेयर विद माई वाइफ ऑल्सो एंड वाइफ रियलाइज बाय दैट टाइम कि भाई काम कर रहे हैं, कुछ ना कुछ हो रहा है। तो मैं दस रहा कि भाई ये सिर्फ मैंने लगता है कि भाई 15 दिन का मैं काम किया अपने इतने, 15 दिन के मैनू लगता मेरे बच्चे वापस मिल गए। और जिमें कह रहे हैं कि भी ये काम जिमें गेयर वाली गल है, मैं ये लगता मैं अपने काम कर रहा तो दूजे तो अपने आप काम हो रहा है। शायद साड़ी ये मिथ है कि दूजा चेंज होएगा, बच्चे को कहने के बच्चा तू चेंज हो, मैंने लगता है जो असं अपने आप काम कर रहे हैं तो दूजे तो अपने आप काम ऑटोमैटिकली हो रहा है। हाँ इवन असी कल बैठ के मैं कट्ठे बैठ के कोई कुर्सी पर बैठ के कार्टून मूवी भी देखी, अगर मैं कहना अभी कार्टून कूटून की तुम देखते रहते हैं, वो जो भी मैं जाता से कार्टून मूवी बंद कर देंगे हूँ असं कट्ठे बैठ के काम, मतलब दिस इज जस्ट इन 15 डेज मैं अपने काम किया। तो मैं लगता है कि मेरे बच्चे मेरे बहुत नेड़े आ गए हैं, तो असं इस तरह ही अपने स्टूडेंट्स से काम करा, तो मैं लगता है कि भाई स्काई इज़ द लिमिट, मैं लगता है सारे टीम सारी काम करेगी। 2 दिन पहले असं कैलेंडर बनाना सी कॉलेज का, अगे होंगे सभी 2 जने बैठ जाते सीनियर अपना कैलेंडर बना देते थे, तो वह कैलेंडर फिर सारा तो लागू हो जाता है। असी हुण की किया कलैक्टिवली, असी फ्राइडे मीटिंग दे विच सारिआं तों राय लैके वो कैलेंडर बनाया, कदों असी फस्ट आर्ली करने ने, कदों असी मिड सेमेस्टर एग्जाम करना है, कदों साडी कोई फ्रैशर पार्टी होनी चाहिए है, इन्नी सजैशनस आईआं, असी उत्थे बैठ के कैलेंडर फाइनल किया फ्राइडे। और मैनूं लगदा उहदे नाल सारिआं नूं इन्ना वधिया लग्गिआ कि साडी सजैशन दित्ती गई है, साडे मतलब सजैशनस आईआं वी बड़ियां अच्छी, असी कलैक्टिवली कैलेंडर बनाया। ये है कि हम कोई यही नहीं कह सकता कि यह साढ़े थोपया जा रहा है कैलेंडर, क्योंकि सारे ने मिलकर बनाया, सारे को पूछा अच्छा प्रेजेंटेशन इस दिन है कि पॉसीबल है, नहीं किसी ने कहा नहीं नहीं हाले नहीं पॉसीबल इट्स टू अर्ली, तो असं उन्होंने मनिया। तो फिर असी आम जो जी हिवरा बाजार वाली जी असी मूवी देखी सी, तो कलैक्टिव असी कलैक्टिव तौर पर काफ़ी असं एक अद्धा होर डिसीजन लिया, तो वो भी सूँ कोई ऑब्जेक्शन नहीं आई, किसी स्टूडेंट वालों ऑब्जेक्शन नहीं आई, किसी टीचर वालों ऑब्जेक्शन नहीं आई, जब हमने कलैक्टिव वो असं डिसीजन लिया।